ਕੀ ਨਾਮ ਹੈ ਤੇਰਾ? ਸੰਦੀਪ ਸਿੰਘ ਸਰ। ਸੰਦੀਪ, ਕਿੰਨੀ ਦੇਰ ਤੋਂ ਰਿਲੇਸ਼ਨ ਹੈ ਤੇਰੇ ਨਾਲ? ਤੇ ਕੀ ਗੱਲ ਹੋਈ, ਕਿਵੇਂ ਮਾਰਿਆ ਇਹਦੇ ਘਰ ਵਾਲੇ ਨੇ? ਸਰ ਟੋਕੀ ਸੀ, ਸਰ ਟੋਕੀ ਟੋਕੀ ਸੀ, ਸਰ ਟੋਕੀ ਵੱਜ ਗਈ ਸਰ, ਥੱਲੇ ਤਾਂ ਤੇ ਸਿਰ ਤੋਂ ਵੱਜ ਗਈ। ਕਿੱਥੇ ਸੀਗਾ ਜਦੋਂ ਮਾਰਿਆ? ਘਰੇ ਸੀ ਸਰ, ਸੁੱਤੇ ਪਏ। ਘਰੇ ਤੁਸੀਂ ਕਿਵੇਂ ਗਏ? ਸਰ ਬੁਲਾ ਸਰ, ਗੱਡੀ ਤੋਂ ਸਰ। ਉਸ ਤੋਂ ਬਾਅਦ ਫਿਰ ਕੌਣ ਸੀ ਨਾਲ ਤੇਰੇ? ਆ ਮੁੰਡਾ ਸੀ ਨਾਲ। ਅੱਛਾ, ਕੀ ਨਾਮ ਹੈ ਤੁਹਾਡਾ? ਅਮਨ। ਅਮਨ, ਆਪਦੇ ਘਰ ਵਾਲੇ ਨੂੰ ਕਿਵੇਂ ਮਾਰਿਆ ਤੁਸੀਂ, ਔਰ ਕਿਉਂ ਮਾਰਿਆ? ਕਿਉਂ ਜੀ, ਇਹ ਕਹਿੰਦੇ ਸੀ ਮੇਰਾ ਵਿਆਹ ਕਰਵਾ। ਕਿੰਨੀ ਦੇਰ ਤੋਂ ਰਿਲੇਸ਼ਨ ਸੀ ਇਹਦੇ ਨਾਲ? 9 ਮਹੀਨੇ। ਕਿਵੇਂ ਮਾਰਿਆ, ਕਿਵੇਂ ਇਹਨਾਂ ਨੇ ਮਾਰਿਆ? ਕਦੋਂ ਮਾਰਿਆ ਤੇ ਕਿੱਥੇ ਮਾਰਿਆ? ਘਰਿਆ। ਕਿੰਨੇ ਵਜੇ ਦਾ ਟਾਈਮ ਸੀਗਾ? ਸਾਢੇ ਗਿਆਰਾਂ। ਤੇ ਤੁਸੀਂ ਬੁਲਾਇਆ ਸੀਗਾ? ਹਾਂਜੀ। ਕਿਵੇਂ ਮਾਰਿਆ, ਕਿਵੇਂ ਮਾਰਿਆ? ਕਿਵੇਂ ਮਾਰਿਆ? ਕੋਈ ਚੀਜ਼ ਮਾਰੀ। ਇਹ ਪ੍ਰੀਤ ਨਗਰ ਪੈਂਦਾ, 15 ਨੰਬਰ ਗਲੀ। 22-23 ਦੀ ਦਰਮਿਆਨੀ ਰਾਤ ਨੂੰ ਇੱਕ ਸੁਖਵਿੰਦਰ ਸਿੰਘ ਨਾਮ ਦਾ ਬੰਦਾ ਸੀ, ਜਿਹੜਾ ਕਿ ਸਬਜ਼ੀ ਦੀ ਰੇਹੜੀ ਵਗੈਰਾ ਲਗਾਉਂਦਾ ਸੀ, ਉਹਦਾ ਕਤਲ ਹੋਇਆ ਸੀਗਾ। ਅਤੇ ਦੌਰਾਨੇ ਤਫਤੀਸ਼ ਇਹ ਪਤਾ ਲੱਗਿਆ ਕਿ ਜਿਹੜੀ ਉਹਦੀ ਪਤਨੀ ਆ ਅਮਨਦੀਪ ਕੌਰ, ਉਹਦੇ ਇੱਕ ਓਲਾ ਪਾਰਟੀ ਐਪ ਹੈ, ਉਹਦੇ ਰਾਹੀਂ ਸੰਦੀਪ ਸਿੰਘ ਨਾਮ ਦਾ ਇੱਕ ਲੜਕਾ ਹੈ, ਜਿਹੜਾ ਮਿੱਡਾ ਪਿੰਡ ਹੈ ਮਲੋਟ ਫਾਜ਼ਿਲਕਾ ਰੋਡ 'ਤੇ, ਉਹਦੇ ਨਾਲ ਉਹਦੇ ਲਿੰਕ ਬਣ ਗਏ ਸੀਗੇ, ਜਿਹੜਾ ਬਾਅਦ 'ਚ ਇਹਨਾਂ ਦਾ ਆਪਸ 'ਚ ਇਹਦਾ ਪ੍ਰੇਮ 'ਚ ਬਦਲ ਗਏ ਸੰਬੰਧ ਇਹਨਾਂ ਦੇ। ਇਹਦੇ ਜਿਹੜੀ ਲੜਕੀ ਅਮਨਦੀਪ ਕੌਰ ਹੈ, ਇਹਦੇ ਪੇਕੇ ਸੀਗੇ ਮੁਕਤਸਰ, ਉੱਥੇ ਜਦੋਂ ਇਹ ਜਾਂਦੀ ਸੀ ਅਕਸਰ 10 ਦਿਨ ਲਈ, ਉਦੋਂ ਇਹ ਮਿਲਦੇ ਹੁੰਦੇ ਸੀਗੇ। ਅਤੇ ਇਹ ਉਹਨੂੰ ਕਹਿੰਦੀ ਸੀ ਵੀ ਮੈਂ ਆਪਦੇ ਘਰ ਵਾਲੇ ਨਾਲ ਨਹੀਂ ਰਹਿਣਾ ਅਤੇ ਮੈਨੂੰ ਨਾਲ ਲੈ ਚੱਲ। ਉਹ ਨਾਲ ਜਾਣ ਨੂੰ ਤਿਆਰ ਸੀ, ਪਰ ਇਹ ਕਹਿੰਦੀ ਵੀ ਇੱਦਾਂ ਭੱਜ ਕੇ ਨਹੀਂ ਜਾਣਾ, ਪਹਿਲਾਂ ਮੇਰੇ ਜਿਹੜਾ ਪਤੀ ਆ ਤੂੰ ਇਹਨੂੰ ਟਿਕਾਣੇ ਲਾ। 22-23 ਦੀ ਦਰਮਿਆਨੀ ਰਾਤ ਨੂੰ ਉਹ ਜਿਹੜਾ ਸੰਦੀਪ ਸਿੰਘ ਸੀ, ਆਪਣੇ ਇੱਕ ਹੋਰ ਸਾਥੀ ਜਸਵੀਰ ਸਿੰਘ ਨੂੰ ਨਾਲ ਲੈ ਕੇ ਮੋਟਰਸਾਈਕਲ 'ਤੇ ਕਰੀਬ 125 ਕਿਲੋਮੀਟਰ ਦੂਰ ਤੋਂ ਮੋਟਰਸਾਈਕਲ 'ਤੇ ਆਏ, ਇਹਦੇ ਘਰ ਪਹੁੰਚੇ। ਰਾਤ ਨੂੰ ਇਹਨੇ ਉਹਨਾਂ ਲਈ ਆਪਣਾ ਜਿਹੜਾ ਸੀਗਾ ਦਰਵਾਜ਼ਾ ਖੋਲ੍ਹਿਆ, ਅਤੇ ਉਹ ਇਹਦੀ ਜਿਹੜੀ ਪਤੀ ਦੀ ਕਤਲ ਉਹਨੇ ਜਿਹੜਾ ਇੱਕ ਕੁਹਾੜੀ ਦੇ ਨਾਲ ਕੀਤਾ, ਅਤੇ ਉਹ ਵਾਪਸ ਦੋਵੇਂ ਜਣੇ ਆਪਣੇ ਮਿੱਡੇ ਚਲੇ ਗਏ। ਡਿਊਰਿੰਗ ਇਨਵੈਸਟੀਗੇਸ਼ਨ ਅਸੀਂ CCTVs CDR ਲਈਆਂ ਇਹਨਾਂ ਦੇ, ਇਹਦਾ ਜਿਹੜਾ ਮੋਬਾਈਲ ਸੀਗਾ ਉਹਨੂੰ ਅਸੀਂ ਚੰਗੀ ਤਰ੍ਹਾਂ ਉਹਦੀ ਫੋਰੈਂਸਿੰਗ ਕਰਾਈ, ਤਾਂ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੇ ਉਹ ਸਾਬਤ ਕਰ ਦਿੱਤਾ ਕਿ ਉਹ ਜਿਹੜਾ ਸੰਦੀਪ ਸਿੰਘ ਸੀਗਾ ਆਪਣੇ ਸਾਥੀ ਨਾਲ ਮਿੱਡੇ ਤੋਂ ਆਇਆ ਸੀਗਾ, ਇਹਨਾਂ ਦੇ ਘਰ ਆਇਆ ਸੀ, ਇਹਦੀ ਸਹਿਮਤੀ ਨਾਲ ਇਹਨੇ ਆਪਦੀ ਕੁੰਡੀ ਖੋਲ੍ਹੀ ਸੀ ਅਤੇ ਉਹਨੇ ਕੁਹਾੜੀ ਨਾਲ ਇਸਦੇ ਪਤੀ ਦਾ ਕਤਲ ਕੀਤਾ। ਸਰ, ਜਦੋਂ ਕਤਲ ਕੀਤਾ ਇਹ ਬੈੱਡ 'ਤੇ ਸੁੱਤੇ ਪਏ ਸੀ ਸਾਰਿਆਂ ਨੇ? ਹਾਂਜੀ, ਇਹ ਬੈੱਡ 'ਤੇ ਸੁੱਤੇ ਪਏ ਸੀਗੇ, 2 ਬੈੱਡ ਸੀਗੇ, ਇੱਕ ਪਾਸੇ ਜਿਹੜਾ ਇਹਦਾ ਮਰਨ ਵਾਲਾ ਸੁਖਵਿੰਦਰ ਸਿੰਘ ਸੀ, ਵਿੱਚ 2 ਬੱਚੇ ਸੀਗੇ, ਇੱਕ ਸਾਈਡ 'ਤੇ ਜਿਹੜੀ ਅਮਨਦੀਪ ਕੌਰ ਸੁੱਤੀ ਹੋਈ ਸੀ। ਸ਼ੱਕ ਉਦੋਂ ਹੋਇਆ ਜਦੋਂ ਇਹਨੇ ਕਿਹਾ ਵੀ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕੌਣ ਮੇਰੇ ਘਰ ਵਾਲੇ ਦਾ ਕਤਲ ਕਰ